ਮੋਰਿੰਡਾ ਹਾਈਵੇ ਤੇ ਚਲਦੀ ਕਾਰ ਨੂੰ ਲੱਗੀ ਅਚਾਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ। ਖਰੜ ਮੋਰਿੰਡਾ ਹਾਈਵੇ ਤੇ ਪਿੰਡ ਖਾਨਪੁਰ ਦੇ ਨੇੜੇ ਮੋਰਿੰਡਾ ਤੋਂ ਆ ਰਹੀ ਇੱਕ ਸਕੋਡਾ ਕਾਰ ਵਿੱਚ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਕਾਰ ਬੁਰੀ ਤਰ੍ਹਾਂ ਸੜ ਗਈ, ਪਰੰਤੂ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੋਰਿੰਡਾ ਦਾ ਵਸਨੀਕ ਨੌਜਵਾਨ ਕਮਲਜੀਤ ਆਪਣੀ ਸਕੋਡਾ ਕਾਰ ਤੇ ਖਰੜ ਵੱਲ ਜਾ ਰਿਹਾ ਸੀ ਅਤੇ ਅਚਾਨਕ ਕਾਰ ਵਿੱਚ ਅੱਗ ਲੱਗ ਗਈ। ਕਮਲਜੀਤ ਨੇ ਉਸੇ ਸਮੇਂ ਕਾਰ ਰੋਕ ਦਿੱਤੀ ਅਤੇ ਲੋਕਾਂ ਦੀ ਮਦਦ ਨਾਲ ਅੱਗ ਨੂੰ ਬੁਝਾਉਣ ਲੱਗ ਪਿਆ। ਅੱਗ ਨੂੰ ਜ਼ਿਆਦਾ ਵਧਦੀ ਵੇਖ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਅਤੇ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ। ਕਮਲਜੀਤ ਨੇ ਦੱਸਿਆ ਕਿ ਕਾਰ ਦਾ ਚੈਂਬਰ ਬਲਾਕ ਹੋਣ ਕਰਕੇ ਅੱਗ ਲੱਗੀ। ਗਨੀਮਤ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਸਨੇ ਦੱਸਿਆ ਕਰਕੇ ਅੱਗ ਲੱਗ ਗਈ ਸੀ, ਫਿਰ ਇੱਥੇ ਲੋਕਾਂ ਨੇ ਹੈਲਪ ਕੀਤੀ, ਮੇਰੀ ਫਾਇਰ ਬ੍ਰਿਗੇਡ ਬੁਲਾ ਕੇ ਅੱਗ ਬੁਝਾਈ। ਫਾਇਰ ਬ੍ਰਿਗੇਡ ਕਿੰਨੀ ਦੇਰ 'ਚ ਆ ਗਈ ਸੀ? ਆ ਗਈ ਸੀ 10 ਮਿੰਟ 'ਚ ਆ ਗਈ। ਕਿੱਥੋਂ ਦੇ ਰਹਿਣ ਵਾਲੇ ਜੀ? ਮੈਂ ਮੋਰਿੰਡੇ ਰਹਿੰਦਾ ਜੀ, ਗਰਪਨਰ ਪਲੇਸ ਮੋਰਿੰਡੇ ਦਰਪਨੀ ਪਲੇਸ। ਅਤੇ ਕੀ ਕੋਈ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ? ਗੱਡੀ ਪੂਰੀ ਖਤਮ ਹੋ ਗਈ, ਨੁਕਸਾਨ ਨਹੀਂ ਕੋਈ ਆਪਣਾ ਕੋਈ ਖਾਸ ਨਹੀਂ। ਡਾਕੂਮੈਂਟ ਵਗੈਰਾ ਖਰੜ ਤੋਂ ਕੈਮਰਾਮੈਨ ਯਸ਼ਪ੍ਰੀਤ ਦੇ ਨਾਲ ਸ਼ਮਿੰਦਰ ਸਿੰਘ ਦੀ ਰਿਪੋਰਟ।